ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਆਖਿਰ ਕਪੂਰਥਲਾ ਨਕੋਦਰ ਰੋਡ ਦੇ ਉੱਤੇ PRTC ਦੀ ਬੱਸ ਨਿਹੰਗ ਸਿੰਘਾਂ ਨੇ ਕਿਉਂ ਸੀ ਭੰਨੀ? ਸਿੰਘਾਂ ਦਾ ਅਕਸ ਹੈ ਜਿਹੜਾ ਉਹ ਖਰਾਬ ਕਰਨ 'ਤੇ ਤੁਸੀਂ ਤੁਲੇ ਹੋਏ ਆ, ਜਦ ਕਿ ਗਲਤੀ ਬੱਸ ਵਾਲੇ ਦੀ ਸੀਗੀ। ਉਹਨਾਂ ਦਾ ਘੋੜਾ ਨੰਗ ਸਿੰਘਾਂ ਦਾ ਉਹਨਾਂ ਨੇ ਮਾਰਿਆ ਅਤੇ ਫਿਰ ਉਹਨਾਂ ਨੇ ਗੁੱਸੇ ਵਿੱਚ ਆ ਕੇ ਬੱਸ ਦੇ ਸ਼ੀਸ਼ੇ ਭੰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰ ਪਿਆਰਿਓ, 14 ਸਤੰਬਰ ਦੀ ਇਹ ਘਟਨਾ ਹੈ ਜਦੋਂ ਨਿਹੰਗ ਸਿੰਘਾਂ ਵੱਲੋਂ PRTC ਦੀ ਬੱਸ ਨੂੰ ਭੰਨ ਦਿੱਤਾ ਗਿਆ ਸੀ, ਤੋੜ ਦਿੱਤਾ ਗਿਆ ਸੀ। ਅਤੇ ਅੱਜ ਤਕਰੀਬਨ ਇੱਕ ਹਫ਼ਤੇ ਬਾਅਦ PRTC ਵੱਲੋਂ ਇਸ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ਬਾਰੇ ਪਹਿਲਾਂ ਤਾਂ ਕਿਸੇ ਨੂੰ ਵੀ ਪੂਰੀ ਜਾਣਕਾਰੀ ਨਹੀਂ ਸੀ, ਆਖਿਰ ਇਹ ਘਟਨਾਕ੍ਰਮ ਵਾਪਰਿਆ ਕਿੱਦਾਂ, ਆਖਿਰ ਨਿਹੰਗ ਸਿੰਘਾਂ ਨੇ ਕਿਉਂ ਬੱਸ ਤੋੜੀ, ਪਰ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਹੈ, ਆਓ ਸੁਣਦੇ ਹਾਂ ਸਿੰਘ ਸਾਹਿਬ ਦੀ ਜ਼ੁਬਾਨੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸਾਰੇ ਵੀਰਾਂ ਦੇ ਕੀ ਹਾਲ ਚਾਲ ਨੇ, ਚੜ੍ਹਦੀ ਕਲਾ ਠੀਕ ਠਾਕ ਹੋ? ਅਤੇ 5 ਕੁ ਮਿੰਟ ਇੱਕ ਮੈਂ ਜਾਣਕਾਰੀ ਦੇਣੀ ਚਾਹੁੰਦਾ ਤੁਹਾਨੂੰ। ਅਤੇ ਤੁਹਾਨੂੰ ਪਤਾ ਹੀ ਹੈ, ਇੱਕ ਫੋਟੋ ਇੱਕ ਵੀਡੀਓ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਨਿਹੰਗ ਸਿੰਘ ਫੌਜਾਂ ਦੀ, ਜੋ ਕਿ ਉਹ ਵੀਡੀਓ ਦੇ ਵਿੱਚ PRTC ਦੀ ਬੱਸ ਹੈ ਸ਼ਾਇਦ, ਉਹਦੇ ਸ਼ੀਸ਼ੇ ਭੰਨੇ ਉਹਨਾਂ ਨੇ, ਹੈ ਨਾ। ਅਤੇ ਉਸ ਸੰਬੰਧ ਦੇ ਵਿੱਚ ਆਪਣੇ ਕੋਲ ਜਾਣਕਾਰੀ ਆਈ, ਉਹ ਮੈਂ ਸਾਂਝੀ ਕਰਨੀ ਚਾਹੁੰਦਾ ਹਾਂ। ਪਹਿਲੀ ਗੱਲ ਤਾਂ ਕਿ ਤੁਹਾਨੂੰ ਬੇਨਤੀ ਕਰਨਾ ਸਾਰੇ ਵੀਰਾਂ ਨੂੰ ਕਿ ਕੋਈ ਵੀ ਕਿਸੇ ਵੀ ਪੇਜ ਵਾਲੇ ਜਾਂ ਕੋਈ ਵੀ ਹੈਗਾ ਸੋਸ਼ਲ ਮੀਡੀਆ ਉੱਤੇ ਆਪਾਂ ਵਰਤਦੇ ਹਾਂ ਜਿਹੜੇ ਜਿਹੜੇ ਬੰਦੇ, ਕੋਈ ਵੀ ਖਬਰ ਹੁੰਦੀ ਹੈ ਉਹਨੂੰ ਆਪਾਂ ਬਿਨਾਂ ਜਾਣੇ ਪਛਾਣੇ ਉਹਨੂੰ ਵਾਇਰਲ ਕਰਕੇ ਆਪਣੇ, ਹੈ ਨਾ, ਆਪਣੇ ਵਿਚਾਰ ਥੋਪ ਦੇਣੇ ਇੱਕ ਤਰ੍ਹਾਂ ਦਾ, ਬਿਨਾਂ ਕੁਛ ਖਬਰ ਦੇ ਪਿੱਛੇ ਹੈ ਕਿ ਬਿਨਾਂ ਸੱਚਾਈ ਜਾਣੇ ਆਪਾਂ ਉਹਨੂੰ ਖਬਰ ਨੂੰ ਵਾਇਰਲ ਕਰ ਦੇਣਾ, ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਹੈਗੀ, ਹੈ ਨਾ। ਅਤੇ ਮੇਰੇ ਕੋਲ ਜਾਣਕਾਰੀ ਆਈ ਹੈ ਉਹਨਾਂ ਦੇ ਪੇਜ ਉੱਤੇ, ਮੈਂ ਦੇਖ ਕੇ ਆਇਆ, PRTC ਰੋਡਵੇਜ਼ ਵਾਲਿਆਂ ਦਾ ਪੇਜ ਆ ਉਹ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਉਹ ਜਿਹੜਾ ਬੱਸ ਦਾ ਡਰਾਈਵਰ ਸੀਗਾ ਉਸਨੇ ਨਿਹੰਗ ਸਿੰਘਾਂ ਦੇ ਘੋੜੇ ਨੂੰ ਫੇਟ ਮਾਰੀ ਆ, ਅਤੇ ਉਹ ਫੇਟ ਮਾਰਨ ਦੇ ਬਾਵਜੂਦ ਉਹ ਜਿਹੜਾ ਘੋੜਾ ਸੀਗਾ ਨਿਹੰਗ ਸਿੰਘਾਂ ਦਾ ਉਹ ਮਰ ਗਿਆ, ਠੀਕ ਹੈ। ਇਹ ਬੱਸ ਭਜਾਈ ਹੈ ਰੋਡਵੇਜ਼ ਦੇ ਡਰਾਈਵਰ ਨੇ, ਠੀਕ ਹੈ। ਅਤੇ ਫਿਰ ਉਹ ਸਿੰਘਾਂ ਨੇ ਗੁੱਸੇ ਦੇ ਵਿੱਚ ਆ ਕੇ ਉਹ ਬੱਸ ਦੀ ਆਪਣਾ ਗੁੱਸਾ ਜ਼ਾਹਰ ਕੀਤਾ, ਉਹ ਬੱਸ ਦੇ ਸ਼ੀਸ਼ੇ ਸ਼ੂਸ਼ੇ ਭੰਨੇ, ਠੀਕ ਹੈ ਜੀ। ਸੋ ਇਹ ਜਾਣਕਾਰੀ ਸੀਗੀ ਵੀ ਪਹਿਲਾਂ ਗਲਤੀ ਉਹ ਬੱਸ ਡਰਾਈਵਰ ਦੀ ਹੈ ਜਿਹਨੇ ਉਹ ਘੋੜੇ ਨੂੰ ਫੇਟ ਮਾਰੀ ਸਿੰਘਾਂ ਦੇ ਨੂੰ, ਅਤੇ ਫੇਟ ਮਾਰਨ ਦੇ ਬਾਵਜੂਦ ਉਹਨੂੰ ਉਹਦਾ ਫਰਜ਼ ਸੀਗਾ ਖੜ੍ਹਨ ਦਾ, ਜੋ ਕਿ ਉਹ ਖੜਿਆ ਨਹੀਂ ਹੈ, ਉਹਨੇ ਬੱਸ ਭਜਾਈ ਆ। ਇਹ ਜਾਣਕਾਰੀ ਉਹਨਾਂ ਨੇ ਜਿਹੜੇ PRTC ਰੋਡਵੇਜ਼ ਉਹਨਾਂ ਦੇ ਪੇਜ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ, ਉਹਨੇ ਪੋਸਟ ਪਾਈ ਆ, ਤਾਂ ਕਰਕੇ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ। ਅਤੇ ਜਿਹੜੇ ਵੀਰ ਬਿਨਾਂ ਕੁਛ ਸੋਚੇ ਸਮਝੇ ਨਿਹੰਗ ਸਿੰਘ ਵੀਰਾਂ ਨੂੰ ਗਲਤ ਮਲਤ ਬੋਲਦੇ ਹੈ, ਉਹ ਨਿਹੰਗ ਸਿੰਘ ਫੌਜਾਂ ਨੂੰ, ਗੁਰੂ ਦੀਆਂ ਨੂੰ, ਸੋ ਪਹਿਲਾਂ ਜਾਣਕਾਰੀ ਪੂਰੀ ਹਾਸਲ ਕਰ ਲਿਆ ਕਰੋ, ਫਿਰ ਆਪਣੇ ਵਿਚਾਰ ਥੋਪਿਆ ਕਰੋ, ਠੀਕ ਹੈ। ਇਹ ਜਿੰਨੀਆਂ ਵੀ ਖਬਰਾਂ ਵਾਇਰਲ ਹੁੰਦੀਆਂ, ਇਹਨਾਂ ਦੇ ਜਿਹੜੀ ਇਹਨਾਂ ਦੇ ਪਿੱਛੇ ਜੋ ਸੱਚਾਈ ਹੈ ਉਹਨਾਂ ਨੂੰ ਜਾਣਿਆ ਕਰੋ, ਫਿਰ ਇਹ ਖਬਰਾਂ ਤੁਸੀਂ ਸੋਸ਼ਲ ਮੀਡੀਆ ਉੱਤੇ ਪਾਇਆ ਕਰੋ, ਠੀਕ ਹੈ ਜੀ। ਕਿਉਂਕਿ ਗਲਤ ਖਬਰ ਦੇ ਨਾਲ ਦੇਖੋ, ਹੁਣ ਨਿਹੰਗ ਸਿੰਘਾਂ ਦਾ ਅਕਸ ਹੈ ਜਿਹੜਾ ਉਹ ਖਰਾਬ ਕਰਨ 'ਤੇ ਤੁਸੀਂ ਤੁਲੇ ਹੋਏ ਆ, ਜਦ ਕਿ ਗਲਤੀ ਬੱਸ ਵਾਲੇ ਦੀ ਸੀਗੀ। ਉਹਨਾਂ ਦਾ ਘੋੜਾ ਨਿਹੰਗ ਸਿੰਘਾਂ ਦਾ ਉਹਨਾਂ ਨੇ ਮਾਰਿਆ ਅਤੇ ਫਿਰ ਉਹਨਾਂ ਨੇ ਗੁੱਸੇ ਵਿੱਚ ਆ ਕੇ ਬੱਸ ਦੇ ਸ਼ੀਸ਼ੇ ਭੰਨੇ, ਠੀਕ ਹੈ ਜੀ। ਅਤੇ ਆਪਾਂ ਸਾਰੇ ਉਹਨੂੰ ਇੱਕ ਗੁੰਡਾਗਰਦੀ ਦਾ ਨਾਂ ਦੇ ਰਹੇ ਹਾਂ, ਇੱਕ ਵਕੀਲ ਹੈ ਕੁੜੀ ਪਤਾ ਨਹੀਂ ਕੀ ਨਾਂ, ਹਰਸਿਮਰਨ ਕੌਰ, ਉਹਨੇ ਵੀ ਕਾਫੀ ਨਿਹੰਗ ਸਿੰਘਾਂ ਬਾਰੇ ਬੋਲਿਆ, ਹੈ ਨਾ। ਪਰ ਉਸ ਬੀਬੀ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਪਹਿਲਾਂ ਪੂਰੀ ਖਬਰ ਪੜ੍ਹ ਲਿਆ ਕਰੋ ਵੀ ਗੱਲ ਕੀ ਹੈ, ਗਲਤੀ ਕਿਹਦੀ ਹੈ,
ਤੇ ਨਿਹੰਗ ਸਿੰਘ ਐਡੇ ਪਾਗਲ ਨਹੀਂ ਹੈਗੇ ਜਿਹੜੇ ਉਹਨੂੰ ਬਿਨਾਂ ਮਤਲਬ ਤੋਂ ਬੱਸ ਦੇ ਸ਼ੀਸ਼ੇ ਭੰਨਣਗੇ, ਉਹ ਬੇਵਕੂਫ ਨਹੀਂ ਹੈਗੇ ਉਹ, ਠੀਕ ਹੈ ਨਾ। ਉਹ ਬੱਸ ਦੇ ਡਰਾਈਵਰ ਨੇ ਗਲਤੀ ਕਰੀ, ਇੱਕ ਉਹਨਾਂ ਦਾ ਘੋੜਾ ਮਾਰਿਆ ਅਤੇ ਉੱਤੋਂ ਬੱਸ ਭਜਾਉਂਦਾ ਹੈ, ਠੀਕ ਹੈ। ਤੋ ਇਹ ਵੀਰੋ ਗੱਲ ਦੀ ਸੱਚਾਈ ਸੀਗੀ, ਉਹਨਾਂ ਦੇ ਪੇਜ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ, ਘੰਟਾ ਪਹਿਲਾਂ ਪੋਸਟ ਪਈ ਆ, ਤਾਂ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ। ਤੋ ਸਹੀ ਜਾਣਕਾਰੀ ਸਾਂਝੀ ਕਰਿਆ ਕਰੋ, ਠੀਕ ਹੈ ਜੀ, ਐਵੇਂ ਇੱਕ ਦੂਜੇ ਦੇ ਇਲਜ਼ਾਮ ਨਾ ਥੋਪਿਆ ਕਰੋ। ਖਾਸ ਕਰਕੇ ਤੁਹਾਨੂੰ ਪਤਾ ਹੀ ਹੈ ਸਿੱਖ ਧਰਮ ਦੇ ਮਗਰ ਤਾਂ ਵੈਸੇ ਹੀ ਜਿਹੜੀਆਂ ਹੈ ਸਿੱਖ ਵਿਰੋਧੀ ਤਾਕਤਾਂ, ਜੋ ਵੀ ਗਰੁੱਪ ਹੈ ਧੜੇਬੰਦੀਆਂ, ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਨਾ ਕਿਸੇ ਬਹਾਨੇ ਸਿੱਖ ਧਰਮ ਨੂੰ ਬਦਨਾਮ ਕਰਨਾ। ਜਦਕਿ ਨਿਹੰਗ ਸਿੰਘਾਂ ਦੀ ਐਡਾ ਕਸੂਰ ਨਹੀਂ ਸੀਗਾ, ਕਸੂਰ ਉਸ ਬੱਸ ਵਾਲੇ ਦਾ ਸੀਗਾ ਜਿਹਨੇ ਉਹਨਾਂ ਦਾ ਘੋੜਾ ਮਾਰਿਆ। ਸੋ ਇੰਨੀਆਂ ਕੁ ਬੇਨਤੀ ਸੀ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ, ਤਾਂ ਕਿ ਜਿਹੜੀ ਸਹੀ ਜਾਣਕਾਰੀ ਉਹ ਲੋਕਾਂ ਤੱਕ ਪੁੱਜ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਨੇ ਤੁਹਾਨੂੰ ਇਸ ਘਟਨਾਕ੍ਰਮ ਦੀ ਅਸਲ ਵਜ੍ਹਾ ਦੱਸ ਦਿੱਤੀ, ਤੇ ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਆਖਿਰ ਬੱਸ ਸਵਾਰ ਲੋਕਾਂ ਦਾ ਕੀ ਕਹਿਣਾ ਸੀ, ਕਿ ਕਿੱਦਾਂ ਘੋੜੇ ਦੇ ਨਾਲ ਬੱਸ ਦੀ ਟੱਕਰ ਹੋਈ ਤੇ ਉਸ ਤੋਂ ਬਾਅਦ ਸਾਰਾ ਘਟਨਾਕ੍ਰਮ ਵਾਪਰਿਆ। ਭਾਅ ਜੀ ਕੀ ਘਟਨਾ ਹੋਈ ਸੀ ਉਦੋਂ ਸ਼ੁੱਕਰਵਾਰ? ਸਰ ਉਦਣ ਅਸੀਂ ਮਤਲਬ ਬੱਸ 'ਚ ਬਹਿ ਕੇ ਆ ਰਹੇ ਸੀਗੇ, ਅਤੇ ਨਾ ਉਹ ਮੂਹਰੇ ਨਿਹੰਗਾਂ ਦੇ ਜਿੱਦਾਂ ਘੋੜੇ ਜਾ ਰਹੇ ਸੀਗੇ, ਅਤੇ ਘੋੜੇ ਮਤਲਬ ਉਹ ਜਿੱਦਾਂ ਕਹਿ ਲਓ ਵੀ ਭੱਜੇ ਜਾਂਦੇ ਸੀਗੇ ਮੂਹਰੇ ਮੂਹਰੇ, ਅਤੇ ਉਹ ਜਦੋਂ ਬੱਸ ਵਾਲੇ ਨੇ ਹੋਰਨ ਮਾਰਿਆ ਉਹਨਾਂ ਨੂੰ, ਉਹ ਇੱਕ ਘੋੜਾ ਉਹਨਾਂ ਦੇ ਹੱਥੋਂ ਮਤਲਬ ਛੁੱਟ ਕੇ ਨਿਕਲ ਗਿਆ, ਉਹ ਜਿੱਦਾਂ ਪਰਲੀ ਸਾਈਡ ਆ ਕੇ ਬੱਸ 'ਤੇ ਵੱਜਾ, ਅਤੇ ਬੱਸ 'ਤੇ ਵੱਜਦੇ ਸਾਰ ਹੀ ਡਰਾਈਵਰ ਨੇ ਬੱਸ ਰੋਕੀ। ਡਰਾਈਵਰ ਨੇ ਉਹਨਾਂ ਨੂੰ ਮਤਲਬ ਕਿਹਾ ਵੀ ਬਾਬਾ ਜੀ ਆ ਜਾਓ, ਆਪਾਂ ਅੱਗੇ ਗੁਰਦੁਆਰਾ ਸਾਹਿਬ ਸੀਗੇ ਟਾਹਲੀ ਸਾਹਿਬ ਜੀ, ਉੱਥੇ ਉਹ ਕਹਿੰਦਾ ਵੀ ਆ ਜਾਓ, ਜੋ ਵੀ ਹੋਊਗਾ ਵੀ ਘੋੜੇ ਦਾ ਇਲਾਜ ਵੀ ਕਰਾ ਦਿੰਦੇ, ਹਰਜਾਨਾ ਦੇ ਦੇਵਾਂਗੇ। ਪਰ ਉਹਨਾਂ ਨੇ ਪੈਂਦੀ ਸੱਟੇ ਇੱਕ ਤਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਅਤੇ ਉਹਨਾਂ ਨੇ ਜਿੱਦਾਂ ਉਹਦੇ ਵਰਸ਼ਾ ਮਾਰਨ ਦੀ ਕੋਸ਼ਿਸ਼ ਕੀਤੀ ਕਈ ਆ, ਉਹ ਸਿਰਫ ਦੋ ਤਿੰਨ ਵਾਰੀ ਉਹਨਾਂ ਦਾ ਮਤਲਬ ਬਚਾਅ ਹੋ ਗਿਆ, ਫਿਰ ਉਹਨਾਂ ਨੇ ਸ਼ੀਸ਼ੇ ਭੰਨੇ ਨੇ ਉਹਦੇ। ਫਿਰ ਕਿੰਨੀਆਂ ਕੁ ਸਵਾਰੀਆਂ ਸੀਗੀਆਂ ਉਸ ਬੱਸ ਦੇ ਵਿੱਚ, ਲੇਡੀਜ਼ ਕਿੰਨੀਆਂ ਸੀਗੀਆਂ? ਕਿਉਂਕਿ ਜੀ ਸਟੂਡੈਂਟ ਲੋਕ ਸਾਰੇ ਉਹਦੇ ਵਿੱਚ ਆਉਂਦੇ, ਪਾਸ ਵਾਲੇ ਬੱਚੇ ਉਹਦੇ 'ਚ ਹੁੰਦੇ ਆ, ਬੱਸ ਫੁੱਲ ਰਸ਼ ਸੀ, ਮਤਲਬ ਕਹਿ ਲਓ ਵੀ 60 ਕੁ ਜਾਣੇ ਸੀਗੇ, ਹੁਣੇ 50-60 ਜਾਣੇ ਸੀਗੇ। ਤੁਸੀਂ ਵੀ ਭਾਅ ਜੀ ਉਹਦੇ 'ਚ ਸੀਗੇ ਬੱਸ 'ਚ, ਕੀ ਘਟਨਾ ਉਦੋਂ ਮਤਲਬ ਕੀ ਦੇਖਿਆ ਤੁਸੀਂ ਵਾਪਰਾ ਕੀ? ਉਸ ਟਾਈਮ ਦੇਖਿਆ ਜੀ, ਅਸੀਂ ਨਿਹੰਗ ਸਿੰਘ ਗਾਲਾਂ ਕੱਢ ਰਹੇ ਸੀ, ਅਤੇ ਉਹਨਾਂ ਨੇ ਡਰਾਈਵਰ ਦੀ ਗੱਲ ਵੀ ਨਹੀਂ ਸੁਣੀ ਅਤੇ ਤਲਵਾਰਾਂ ਚਲਾਉਣੀਆਂ ਸੀਗੀਆਂ। ਕੀ ਨਾਂ ਤੁਹਾਡਾ ਔਰ ਕੀ ਕਰਦੇ PRTC 'ਚ? ਅਸੀਂ ਜੀ ਪ੍ਰੈਂਸ ਕਰਦੇ ਜੀ। ਅੱਛਾ, 2.5 ਸਾਲ ਦੀ ਟ੍ਰੇਨਿੰਗ ਲੱਗੀ ਆ। ਅਤੇ ਬੱਸ 'ਚ ਸੀਗੇ ਤੁਸੀਂ? ਹਾਂਜੀ, ਬੱਸ 'ਚ ਸੀਗੇ, ਅਤੇ ਉਹਨਾਂ ਨੇ ਮਤਲਬ ਮੂਹਰੇ ਤੋਂ ਸ਼ੀਸ਼ੇ ਭੰਨੇ ਭੰਨੇ ਸਾਈਡ 'ਤੇ, ਜਿੱਦਾਂ ਨਾ ਬੱਸ ਦੇ ਜਿੱਦਾਂ ਪਾਈਪ ਲੱਗਾ ਉਹਦਾ ਕਰਕੇ ਬਚਾਅ ਹੋ ਗਿਆ, ਨਹੀਂ ਤਾਂ ਉਹਨਾਂ ਨੇ ਸਵਾਰੀਆਂ ਦੇ ਵੀ ਮਾਰਨ ਦੀ ਸਾਈਡ 'ਤੇ ਬਹੁਤ ਵਰਸ਼ੇ ਮਾਰੇ। ਵੱਡੇ ਸਵਾਲ ਇਹ ਵੀ ਨੇ ਕਿ ਇੱਕ ਹਫ਼ਤਾ ਬੀਤਣ ਤੋਂ ਬਾਅਦ ਆਖਿਰ PRTC ਦੀ ਚਾਕ ਕਿਉਂ ਖੁੱਲ੍ਹੀ, ਇੱਕ ਹਫ਼ਤੇ ਬਾਅਦ ਕਿਉਂ PRTC ਕੰਪਲੇਨ ਕਰਨ ਵਾਸਤੇ ਅੱਗੇ ਆਈ ਹੈ? ਆਓ ਨਜ਼ਰ ਮਾਰਦੇ ਹਾਂ ਕਿ ਪੁਲਿਸ ਅਤੇ ਪ੍ਰਸ਼ਾਸਨ ਕੀ ਕਹਿੰਦਾ ਹੈ। ਭਾਅ ਜੀ ਕੀ ਨਾਮ ਤੁਹਾਡਾ ਔਰ ਕੀ ਕਾਰਵਾਈ ਹੁਣ ਕੀਤੀ ਗਈ ਹੈ ਇਸ ਤੇ? ਨਾਮ ਵਿਜੇ ਕੁਮਾਰ ਚੀਫ ਸਟਾਫ ਜੀ। ਹੁਣ ਤੱਕ ਕੀ ਕਾਰਵਾਈ ਕੀਤੀ ਗਈ ਇਸ ਤੇ? ਸਰ ਅਸੀਂ ਆਪਣਾ ਮੁੱਢਲੀ ਰਿਪੋਰਟ ਲਿਖ ਕੇ ਦੇ ਰਹੇ ਹਾਂ, ਪੁਲਿਸ ਥਾਣੇ ਦੇਤੀ ਆ ਜੀ ਜੀ, ਦੇਖਦੇ ਹਾਂ ਮੰਗ ਕਰਦੇ ਹਾਂ ਕੀ ਕਾਰਵਾਈ ਕਰਦੇ ਹਾਂ। ਤੁਹਾਨੂੰ ਕੀ ਲੱਗਦਾ ਕਿ ਇੱਦਾਂ ਦੀਆਂ ਘਟਨਾਵਾਂ ਤੋਂ ਕੀ ਕਿੰਨੇ ਕੁ ਸੇਫ ਨੇ PRTC ਦੇ ਜਿਹੜੇ ਡਰਾਈਵਰ ਅਤੇ ਮੁਲਾਜ਼ਮ, ਕਿੰਨੇ ਕੁ ਸੇਫ ਨੇ? PRTC ਦੇ ਰੋਡ ਚੱਲਦੇ ਮੁਲਾਜ਼ਮ ਉੱਤੇ ਕੋਈ ਖਾਸ ਸੇਫਟੀ ਹੈ ਨਹੀਂ ਜਿਹਨਾਂ ਦੀ, ਜਿੱਥੇ ਕੋਈ ਦਿਲ ਕਰਦਾ ਇਹਦਾ ਕੋਈ ਕੋਈ ਨਾ ਕੋਈ ਹਮਲਾ ਕਰ ਦਿੰਦਾ। ਮੰਨਦੇ ਹੋ ਕਿ ਸਰਕਾਰ ਨੂੰ ਜਿਹੜੀ ਇੱਥੇ ਕੜੀ ਕਾਰਵਾਈ ਕਰਨੀ ਚਾਹੀਦੀ ਹੈ? ਫਿਰ ਮੰਨਦੇ ਹੋ ਕੜੀ ਕਾਰਵਾਈ ਕਰਨੀ ਚਾਹੀਦੀ ਸਰਕਾਰ ਨੂੰ, ਸਵਾਰੀਆਂ ਵੀ ਨੁਕਸਾਨ ਹੋ ਸਕਦਾ, ਇੱਥੇ ਸਵਾਰੀਆਂ ਦਾ ਵੀ ਨੁਕਸਾਨ ਹੋ ਸਕਦਾ, ਜਾਨੀ ਮਾਲੀ ਨੁਕਸਾਨ। ਠੀਕ, ਇਹਦੇ ਕਾਰਵਾਈ ਬਣਦੀ ਕਰ ਰਹੀ, ਫਿਰ ਜਾ ਰਹੇ ਪੁੱਛਣ ਥਾਣੇ ਕਾਰਵਾਈ ਹੋਈ ਆਜ਼ਾਦੀ ਪਤਾ। ਉਹ ਤਾਂ ਵੀਡੀਓ ਦੇਖੋ, ਜਿੱਦਾਂ ਜੇ ਤਾਕੀ ਖੁੱਲ੍ਹ ਜਾਂਦੀ ਤਾਂ ਬਹੁਤ ਨੁਕਸਾਨ ਹੋ ਸਕਦਾ ਕਿਸੇ ਦਾ।
ਗਾਣੀ ਦਾ ਨੁਕਸਾਨ ਹੋ ਸਕਦਾ ਸਫਾਰੀ ਦਾ ਵੀ, ਡਰਾਈਵਰ ਦਾ ਵੀ, ਡਰਾਈਵਰ ਦਾ। ਕਾਰਨ ਕੀ ਰਿਹਾ ਕਿ ਇੰਨਾ ਮਤਲਬ ਇੱਕ ਹਫ਼ਤੇ ਦਾ ਡਿਲੇਅ ਹੋ ਗਿਆ, ਕਾਰਨ ਕੀ ਰਿਹਾ ਇਹ? ਉਹਦਾ ਕਾਰਨ ਇਹ ਕਾਰਨ ਇਹ ਆ ਵੀ ਉਸ ਤੋਂ ਅਗਲੇ ਦਿਨ ਹੀ ਉਹ ਜਿਹੜੀ ਬੱਸ ਚੱਲਦੀ ਹੈ ਨਾ, ਉਹ ਕੰਡਕਟਰ ਦਾ ਨਾਲ ਚੱਲਦਾ ਉਹ ਐਕਸੀਡੈਂਟ ਹੋ ਗਿਆ, ਅਤੇ ਇਹੀ ਡਰਾਈਵਰ ਸੀ ਨਾਲ, ਉਹਦੀ ਡੈਥ ਹੋ ਗਈ ਉੱਥੇ ਨਕੋਦਰ। ਉਹ ਦੋ ਤਿੰਨ ਚਾਰ ਦਿਨ ਅਸੀਂ ਉਦੋਂ ਚੱਕ ਜਿਹੜੇ ਉੱਧਰ ਇਸ ਕਰਕੇ ਉਹ ਸਾਡੇ ਕੋਲ ਪ੍ਰੂਫ ਨਹੀਂ। ਗੁਰਪਿਆਰੋ, ਘਟਨਾਕ੍ਰਮ ਬਿਲਕੁਲ ਸਾਫ਼ ਹੈ। ਜੇਕਰ ਬੱਸ ਡਰਾਈਵਰ ਤੋਂ ਗਲਤੀ ਦੇ ਨਾਲ ਘੋੜੇ ਨੂੰ ਫੇਟ ਲੱਗ ਵੀ ਗਈ ਸੀ ਤਾਂ ਉਸ ਦਾ ਫਰਜ਼ ਬਣਦਾ ਸੀਗਾ ਕਿ ਬੱਸ ਨਾ ਪਹੁੰਚਾਉਂਦਾ ਅਤੇ ਰੋਕ ਕੇ ਉੱਥੇ ਮੁਆਫ਼ੀ ਮੰਗ ਲੈਂਦਾ। ਪਰ ਮੁਆਫ਼ੀ ਮੰਗਣ ਦੀ ਬਜਾਏ ਉਸਨੇ ਬੱਸ ਪਹੁੰਚਾਉਣਾ ਚੰਗਾ ਸਮਝਿਆ, ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਬੱਸ ਦਾ ਪਿੱਛਾ ਕੀਤਾ ਅਤੇ ਘੇਰਾ ਕਰਕੇ ਬੱਸ ਦੀ ਭੰਨ ਤੋੜ ਕੀਤੀ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਅ ਜੀ, ਕੀ ਘਟਨਾ ਹੋਈ ਸੀ ਉਦੋਂ ਸ਼ੁੱਕਰਵਾਰ? ਸਰ, ਉੱਦਣ ਅਸੀਂ ਮਤਲਬ ਬੱਸ 'ਚ ਬਹਿ ਕੇ ਆ ਰਹੇ ਸੀਗੇ ਅਤੇ ਨਾ ਉਹ ਮੂਹਰੇ ਨਿਹੰਗਾਂ ਦੇ ਜਿੱਦਾਂ ਘੋੜੇ ਜਾ ਰਹੇ ਸੀਗੇ ਅਤੇ ਘੋੜੇ ਮਤਲਬ ਉਹ ਜਿੱਦਾਂ ਕਹਿ ਲਓ ਵੀ ਭੱਜੇ ਜਾਂਦੇ ਸੀਗੇ ਮੂਹਰੇ ਮੂਹਰੇ, ਅਤੇ ਉਹ ਜਦੋਂ ਬੱਸ ਵਾਲੇ ਨੇ ਹੋਰਨ ਮਾਰਿਆ ਉਹਨਾਂ ਨੂੰ, ਉਹ ਇੱਕ ਘੋੜਾ ਉਹਨਾਂ ਦੇ ਹੱਥੋਂ ਮਤਲਬ ਛੁੱਟ ਕੇ ਨਿਕਲ ਗਿਆ, ਉਹ ਜਿੱਦਾਂ ਪਰਲੀ ਸਾਈਡ ਆ ਕੇ ਬੱਸ 'ਤੇ ਵੱਜਾ, ਅਤੇ ਬੱਸ 'ਤੇ ਵੱਜਦੇ ਸਾਰ ਹੀ ਡਰਾਈਵਰ ਨੇ ਬੱਸ ਰੋਕੀ। ਡਰਾਈਵਰ ਨੇ ਉਹਨਾਂ ਨੂੰ ਮਤਲਬ ਕਿਹਾ ਵੀ ਬਾਬਾ ਜੀ ਆ ਜਾਓ, ਆਪਾਂ ਅੱਗੇ ਗੁਰਦੁਆਰਾ ਸਾਹਿਬ ਸੀਗੇ ਟਾਹਲੀ ਸਾਹਿਬ ਜੀ, ਉੱਥੇ ਉਹ ਕਹਿੰਦਾ ਵੀ ਆ ਜਾਓ, ਜੋ ਵੀ ਹੋਊਗਾ ਵੀ ਘੋੜੇ ਦਾ ਇਲਾਜ ਵੀ ਕਰਾ ਦਿੰਦੇ, ਹਰਜਾਨਾ ਦੇ ਦੇਵਾਂਗੇ। ਪਰ ਉਹਨਾਂ ਨੇ ਪੈਂਦੀ ਸੱਟੇ ਇੱਕ ਤਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਫਿਰ ਉਹਨਾਂ ਨੇ ਜਿੱਦਾਂ ਉਹਦੇ ਵਰਸ਼ ਮਾਰਨ ਦੀ ਕੋਸ਼ਿਸ਼ ਕੀਤੀ ਕਈ ਆ, ਉਹ ਸਿਰਫ ਦੋ ਤਿੰਨ ਵਾਰੀ ਉਹਨਾਂ ਦਾ ਮਤਲਬ ਬਚਾਅ ਹੋ ਗਿਆ, ਫਿਰ ਉਹਨਾਂ ਨੇ ਸ਼ੀਸ਼ੇ ਭੰਨੇ ਨੇ ਉਹਦੇ। ਫਿਰ ਕਿੰਨੀਆਂ ਕੁ ਸਵਾਰੀਆਂ ਸੀਗੀਆਂ ਉਸ ਬੱਸ ਦੇ ਵਿੱਚ, ਲੇਡੀਜ਼ ਕਿੰਨੀਆਂ ਸੀਗੀਆਂ? ਕਿਉਂਕਿ ਜੀ ਸਟੂਡੈਂਟ ਲੋਕ ਸਾਰੇ ਉਹਦੇ ਵਿੱਚ ਆਉਂਦੇ, ਪਾਸ ਵਾਲੇ ਬੱਚੇ ਉਹਦੇ 'ਚ ਹੁੰਦੇ ਆ, ਬੱਸ ਫੁੱਲ ਰਸ਼ ਸੀ, ਮਤਲਬ ਕਹਿ ਲਓ ਵੀ 60 ਕੁ ਜਾਣੇ ਸੀਗੇ, ਹੁਣੇ 50-60 ਜਾਣੇ। ਤੁਸੀਂ ਵੀ ਭਾਅ ਜੀ ਉਹਦੇ 'ਚ ਸੀਗੇ ਬੱਸ 'ਚ, ਕੀ ਘਟਨਾ ਉਦੋਂ ਮਤਲਬ ਕੀ ਦੇਖਿਆ ਤੁਸੀਂ ਵਾਪਰ ਕੇ? ਉਸ ਟਾਈਮ ਦੇਖਿਆ ਜੀ ਅਸੀਂ ਨਿਹੰਗ ਸਿੰਘ ਗਾਲਾਂ ਕੱਢ ਰਹੇ ਸੀ ਅਤੇ ਉਹਨਾਂ ਨੇ ਡਰਾਈਵਰ ਦੀ ਗੱਲ ਵੀ ਨਹੀਂ ਸੁਣੀ ਅਤੇ ਤਲਵਾਰਾਂ ਚਲਾਉਣੀਆਂ। ਕੀ ਨਾਂ ਤੁਹਾਡਾ ਔਰ ਕੀ ਕਰਦੇ PRTC 'ਚ? ਅਸੀਂ ਪ੍ਰੈਂਸ ਕਰਦੇ ਹਾਂ ਜੀ। ਅੱਛਾ, 2 ਸਾਲ ਦੀ ਟ੍ਰੇਨਿੰਗ ਲੱਗੀ ਆ। ਅਤੇ ਬੱਸ 'ਚ ਸੀਗੇ ਤੁਸੀਂ? ਹਾਂਜੀ, ਬੱਸ 'ਚ ਸੀਗੇ ਅਤੇ ਉਹਨਾਂ ਨੇ ਮਤਲਬ ਮੂਹਰੇ ਤੋਂ ਸ਼ੀਸ਼ੇ ਭੰਨੇ ਭੰਨੇ ਸਾਈਡ 'ਤੇ, ਜਿੱਦਾਂ ਨਾ ਬੱਸ ਦੇ ਜਿੱਦਾਂ ਪਾਈਪ ਲੱਗਾ ਉਹਦਾ ਕਰਕੇ ਬਚਾਅ ਹੋ ਗਿਆ, ਨਹੀਂ ਤਾਂ ਉਹਨਾਂ ਨੇ ਸਵਾਰੀਆਂ ਦੇ ਵੀ ਮਾਰਨ ਦੀ ਸਾਈਡ 'ਤੇ ਬਹੁਤ ਵਰਸ਼ੇ ਮਾਰੇ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।